ਸਰਕਾਰ ਦੋ ਟੋਲ ਪਲਾਜ਼ੇ ਪੰਜਾਬ ਦੀ ਹੋਰ ਬੰਦ ਕਰਨ ਜਾ ਰਹੀ ਹੈ। ਲੁਧਿਆਣਾ ਅਤੇ ਬਰਨਾਲਾ 'ਚ ਪੈਂਦੇ ਦੋ ਟੋਲ ਪਲਾਜ਼ਾਜ਼ ਹੋਰ ਬੰਦ ਹੋਣਗੇ ਪੰਜਾਬ ਦੇ। ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ, ਜਿਸ ਚੀਫ ਮਿਨਿਸਟਰ ਮਾਨ ਨੇ ਲਿਖਿਆ ਕਿ ਦੋ ਟੋਲ ਪਲਾਜ਼ਾ ਪੰਜਾਬ ਬੰਦ ਕਰਵਾਉਣ ਜਾ ਰਿਹਾ ਹੈ। ਉਹ ਦੋ ਟੋਲ ਪਲਾਜ਼ਾਜ਼ ਨੇ ਜਿਹੜੇ ਲੋਕਾਂ ਦੀ ਰੋਜ਼ ਜੇਬ ਕੱਟਣ ਦਾ ਕੰਮ ਕਰਦੇ ਸੀ। ਪੰਜਾਬ ਦੀਆਂ ਸੜਕਾਂ 'ਤੇ ਇਹਨਾਂ ਨੂੰ ਲਗਾਇਆ ਗਿਆ, ਕਿਸ ਦੀ ਸ਼ਹਿ 'ਤੇ ਲਗਾਇਆ ਗਿਆ, ਕਦ ਤੱਕ ਇਹਨਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ? ਇਸ ਵਿਸ਼ੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਅਸੀਂ ਇਹਨਾਂ ਨੂੰ ਬੰਦ ਕਰਾਂਗੇ। 2 ਅਪ੍ਰੈਲ ਦਾ ਸਮਾਂ ਮੁਕਰਰ ਹੈ, 12 ਵਜੇ ਤੋਂ ਬਾਅਦ 3 ਤਰੀਕ ਨੂੰ ਟੋਲ ਪਲਾਜ਼ੇ ਨਹੀਂ ਦੇਖਣਗੇ। ਇਸ ਵਿਚਾਲੇ 448 ਦਿਨਾਂ ਦੇ ਲਈ ਦੋਵੇਂ ਟੋਲ ਵਧਾਉਣ ਦੀ ਮੰਗ ਇਹਨਾਂ ਕੰਪਨੀਆਂ ਨੇ ਕੀਤੀ, ਪਰ ਪੰਜਾਬ ਦੀ ਸਰਕਾਰ ਨੇ 1 ਘੰਟਾ ਵੀ ਵਧਾਉਣ ਦਾ ਜ਼ਿਕਰ ਨਹੀਂ ਕੀਤਾ। ਪੰਜਾਬ ਸਰਕਾਰ ਦਾ ਮੰਨਣਾ ਕਿ ਦੋ ਹੋਰ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਨੇ। ਲੁਧਿਆਣਾ ਤੋਂ ਬਰਨਾਲਾ ਵਿਚਾਲੇ ਪੈਂਦੇ 2 ਟੋਲ ਪਲਾਜ਼ਾਸ ਬੰਦ ਹੋਣਗੇ। 2 ਅਪ੍ਰੈਲ ਰਾਤ 12 ਵਜੇ ਤੋਂ ਇਹ ਟੋਲ ਪਲਾਜ਼ੇ ਬੰਦ ਹੋਣਗੇ। ਰੋਹਿਤ ਬੰਸਲ ਜ਼ਿਆਦਾ ਜਾਣਕਾਰੀ ਦੀ ਸਾਂਝ ਦੇਣਗੇ। ਰੋਹਿਤ, ਕਿਹੜੇ ਕਿਹੜੇ ਟੋਲ ਪਲਾਜ਼ੇ ਨੇ, ਕਿਹੜੇ ਕਿਹੜੇ ਰੂਟ 'ਤੇ ਲੋਕਾਂ ਨੂੰ ਰਾਹਤ ਮਿਲੇਗੀ? ਜੇਕਰ ਗੱਲ ਕੀਤੀ ਜਾਵੇ ਤਾਂ ਬਰਨਾਲਾ ਤੋਂ ਜਦੋਂ ਤੁਸੀਂ ਲੁਧਿਆਣਾ ਜਾਂਦੇ ਸੀ ਤਾਂ ਰਾਸਤੇ ਦੇ ਵਿੱਚ 2 ਟੋਲ ਪਲਾਜ਼ਾ ਪੈਂਦੇ ਸੀਗੇ। 1 ਟੋਲ ਪਲਾਜ਼ਾ ਪੈਂਦਾ ਸੀਗਾ ਕੋਲੂ ਪਿੰਡ ਰਕਵਾ, ਜਿਹੜਾ ਬਿਲਕੁਲ ਮੁੱਲਾਪੁਰ ਦੇ ਨਾਲ ਦਾ ਏਰੀਆ ਹੈਗਾ। ਦੂਸਰਾ ਟੋਲ ਪਲਾਜ਼ਾ ਬਰਨਾਲਾ ਦੇ ਵੱਲੋਂ ਪੈਂਦਾ ਸੀ ਜਦੋਂ ਮਹਿਲ ਕਲਾਂ ਨੂੰ ਤੁਸੀਂ ਕ੍ਰੋਸ ਕਰਦੇ ਸੀਗੇ। ਤਾਂ ਹੁਣ ਇਹ ਦੋਨੇ ਟੋਲ ਪਲਾਜ਼ਾ ਜਿਹੜੇ ਉਹ 2 ਅਪ੍ਰੈਲ ਨੂੰ ਰਾਤ 12 ਵਜੇ ਬੰਦ ਹੋਣ ਜਾ ਰਹੇ ਨੇ। ਦਰਅਸਲ 448 ਦਿਨਾਂ ਦੀ ਰਾਹਤ ਹੈ ਜਿਹੜੀ ਉਹ ਇਹ ਟੋਲ ਕੰਪਨੀਆਂ ਦੇ ਵੱਲੋਂ ਮੰਗੀ ਗਈ ਸੀ। ਟੋਲ ਕੰਪਨੀਆਂ ਦੇ ਵੱਲੋਂ ਕਿਹਾ ਗਿਆ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਔਰ ਦੂਸਰਾ ਜਦੋਂ ਕੋਵਿਡ ਚੱਲ ਰਿਹਾ ਸੀ ਤਾਂ ਉਸ ਸਮੇਂ ਟੋਲ ਪਲਾਜ਼ੇ ਬੰਦ ਰੱਖੇ ਗਏ। ਦੂਸਰਾ ਕੋਵਿਡ ਦੇ ਸਮੇਂ ਜ਼ਿਆਦਾ ਆਵਾਜਾਈ ਨਹੀਂ ਸੀ ਕਿਉਂਕਿ ਲੋਕ ਘਰਾਂ ਦੇ ਵਿੱਚ ਬੰਦ ਸੀ, ਇਸ ਕਰਕੇ ਇਹਨਾਂ ਦਾ ਨੁਕਸਾਨ ਹੋਇਆ ਗਾ। ਔਰ 448 ਦਿਨਾਂ ਦੀ ਰਾਹਤ ਹੈ ਜਿਹੜੀ ਦਿੱਤੀ ਜਾਵੇ, ਮੋਟੇ ਸ਼ਬਦਾਂ 'ਚ ਦੇਖੀਏ ਤਾਂ 448 ਦਿਨ ਦੇਖਣ ਨੂੰ ਲੱਗਦਾ ਕਿ ਨੋਰਮਲ ਹੈ, ਪਰ ਜਦੋਂ ਦਿਨਾਂ ਨੂੰ ਸਾਲਾਂ ਦੇ ਵਿੱਚ ਕਨਵਰਟ ਕਰੋਗੇ ਤਾਂ ਲਗਭਗ 1.5-2 ਸਾਲ ਦੇ ਏਰੀਏ ਦੇ ਵਿੱਚ ਜਿਹੜਾ ਇਹ ਪੂਰੇ ਦਾ ਪੂਰਾ ਕਲੀਅਰ ਕਿ ਸਮਾਂ ਚਲਾ ਜਾਂਦਾ ਹੈਗਾ। ਰਾਹਤ ਇਸ ਤੋਂ ਪਹਿਲਾਂ ਜਦੋਂ ਸਰਕਾਰਾਂ ਨੂੰ ਭੇਜੀ ਜਾਂਦੀ ਸੀ ਤਾਂ ਦੇ ਦਿੱਤੀ ਜਾਂਦੀ ਸੀ, ਟੋਲ ਕੰਪਨੀਆਂ ਨੂੰ ਐਕਸਟੈਂਸ਼ਨ ਹੈ ਜਿਹੜੀ ਉਹ ਦਿੱਤੀ ਜਾਂਦੀ ਸੀ, ਪਰ ਪੰਜਾਬ ਸਰਕਾਰ ਦੇ ਵੱਲੋਂ ਭਗਵੰਤ ਮਾਨ ਦੇ ਵੱਲੋਂ ਕੋਈ ਰਾਹਤ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਏਗਾ ਕਿ 9-10 ਦੇ ਕਰੀਬ ਜਿਹੜੇ ਟੋਲ ਪਲਾਜ਼ੇ ਨੇ ਉਹ ਬੰਦ ਕੀਤੇ ਜਾ ਚੁੱਕੇ ਨੇ, ਚਾਹੇ ਮੋਗੇ ਦੇ ਜ਼ਿਲ੍ਹੇ ਦੇ ਵਿੱਚ ਹੋਣ, ਚਾਹੇ ਪਠਾਨਕੋਟ ਦੇ ਵਿੱਚ ਹੋਣ, ਚਾਹੇ ਹੁਸ਼ਿਆਰਪੁਰ ਦੇ ਵਿੱਚ ਹੋਣ, ਤੁਸੀਂ ਧੂਰੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਿਹੜੇ ਟੋਲ ਪਲਾਜ਼ੇ ਬੰਦ ਕੀਤੇ ਗਏ। ਔਰ ਇਹਨਾਂ 2 ਟੋਲ ਪਲਾਜ਼ਿਆਂ ਦੇ ਨਾਲ ਬੰਦ ਹੋਣ ਦੇ ਨਾਲ ਤੁਸੀਂ ਸਿੱਧੇ ਤੌਰ 'ਤੇ ਬਰਨਾਲਾ ਤੋਂ ਜਿਹੜੇ ਲੁਧਿਆਣਾ ਜਾ ਰਹੇ ਆ ਉਹਨਾਂ ਦੇ ਲਈ ਤਾਂ ਵੱਡੀ ਰਾਹਤ ਹੈ ਹੀ ਆ, ਪਰ ਬਠਿੰਡੇ ਤੋਂ ਜਿਹੜੇ ਲੋਕ ਆਉਂਦੇ ਨੇ, ਮਾਨਸਾ ਤੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਲਈ ਵੀ ਇਹ ਰਾਹਤ ਹੋਏਗੀ ਕਿਉਂਕਿ 2 ਟੋਲ ਪਲਾਜ਼ੇ ਲੁਧਿਆਣੇ ਜਾਣ ਦੇ ਲਈ ਤੁਹਾਨੂੰ ਕਟਵਾਉਣੇ ਪੈਂਦੇ ਸੀ, ਪਰ ਹੁਣ ਇਹ ਦੋਨੇ ਟੋਲ ਪਲਾਜ਼ੇ ਜਿਹੜੇ ਉਹ ਮਾਫ਼ ਹੋਣਗੇ। ਫ੍ਰੀ ਦੇ ਵਿੱਚ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਬਰਨਾਲਾ ਤੋਂ ਲੁਧਿਆਣਾ ਦੇ ਲਈ ਸਫ਼ਰ ਹੈ ਜਿਹੜਾ ਉਹ ਕਰ ਸਕੇਗਾ ਜੀ। ਪਰ ਰੋਹਿਤ, ਇੱਕ ਸਾਈਡ ਆਪਸ਼ਨ ਸਰਕਾਰ ਦਾ ਕੀ ਹੈ? ਕੀ ਹੁਣ ਸੜਕਾਂ ਦੀ ਰਿਪੇਅਰ ਜਾਂ ਕੰਮਕਾਜ ਦਾ ਕੰਮ PWD ਨੇ ਇੱਕ ਬੀੜੇ ਦੇ ਰੂਪ 'ਚ ਚੁੱਕਿਆ ਹੈ ਕਿ ਹੁਣ ਸਾਰੀ ਸੰਭਾਲ ਪੰਜਾਬ ਸਰਕਾਰ ਆਪਣੇ ਸਟੇਟ ਐਕਸਚੈਕਰ 'ਚੋਂ ਕਰੇਗੀ, ਕਿਉਂਕਿ ਪਹਿਲਾਂ ਨਿੱਜੀ ਕੰਪਨੀਆਂ ਇਹਨਾਂ ਸੜਕਾਂ ਦੀ ਦੇਖਭਾਲ ਕਰਦੀਆਂ ਸੀ? ਹਾਂ ਬਿਲਕੁਲ ਕ੍ਰਿਸ਼ਨ, ਜੇਕਰ ਤੁਸੀਂ ਦੇਖੋਗੇ ਤਾਂ ਜਦੋਂ ਤੁਸੀਂ ਕਹਿਣ ਦਾ ਭਾਵ ਹੈ ਕਿ ਕੋਈ ਨਵੀਂ ਗੱਡੀ ਲੈਂਦੇ ਹੋ ਤਾਂ ਤੁਸੀਂ ਦੇਖਿਆ ਹੋਊਗਾ ਕਿ ਲੱਖਾਂ ਰੁਪਏ ਉਹਦੇ ਉੱਤੇ ਜਿਹੜਾ ਰੋਡ ਟੈਕਸ ਹੈ ਉਹ ਲਿਆ ਜਾਂਦਾ, ਪਰ ਇਸ ਦੇ ਬਾਵਜੂਦ ਫਿਰ ਟੋਲ ਟੈਕਸ ਕਿਉਂ? ਇਹ ਸਵਾਲ ਅਕਸਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਚੁੱਕਦੇ ਨਜ਼ਰ ਆਉਂਦੇ ਨੇ। ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਬਹੁਤ ਜਗ੍ਹਾ ਦੇ ਉੱਪਰ ਟੋਲ ਪਲਾਜ਼ਾ ਨਜ਼ਰ ਆਉਂਦੇ ਨੇ, ਪਰ ਇਸ ਦੇ ਵਿੱਚ ਇੱਕ ਆਪਸ਼ਨ ਜ਼ਰੂਰ ਦਿੱਤੀ ਜਾਂਦੀ ਹੈ ਕਿ ਟੋਲ ਪਲਾਜ਼ੇ ਦੇ ਨਾਲ ਇੱਕ ਲੋਕਲ ਸੜਕ ਹੈ ਜਿਹੜੀ ਉਹ ਦੇ ਦਿੱਤੀ ਜਾਂਦੀ ਹੈ ਕਿ ਉੱਥੇ ਤੁਹਾਡੀ ਮਰਜ਼ੀ ਹੋਏਗੀ ਕਿ ਤੁਸੀਂ ਟੋਲ ਪਲਾਜ਼ਾ ਨੂੰ ਫੋਲੋ ਕਰਨਾ ਜਾਂ ਦੂਸਰੀ ਸੜਕ ਨੂੰ ਫੋਲੋ ਕਰਨਾ। ਪਰ ਪੰਜਾਬ ਦੇ ਅੰਦਰ ਜਾਂ ਕਹਿ ਲਈਏ ਹਿੰਦੁਸਤਾਨ ਦੇ ਅੰਦਰ ਕੀ ਹੋ ਰਿਹਾ ਹੈਗਾ ਕਿ ਜਿਹੜੀ ਨੋਰਮਲ ਸੜਕ ਹੈ ਉਸ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਜਾਂਦਾ ਹੈਗਾ ਔਰ ਬੰਦੇ ਨੂੰ ਮਜਬੂਰਨ ਜਿਹੜਾ ਟੋਲ ਹੈਗਾ ਉਹ ਦੇਣਾ ਪੈਂਦਾ ਹੈਗਾ। ਔਰ ਟੋਲ ਕੰਪਨੀਆਂ ਦਾ ਵੀ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੀਆਂ ਸੜਕਾਂ ਦੇ ਟੋਲ ਦੀ ਤਾਂ ਵਸੂਲੀ ਕੀਤੀ ਜਾ ਰਹੀ ਹੈ ਪਰ ਸੜਕਾਂ ਦੀ ਰਿਪੇਅਰ ਤੱਕ ਦੀ ਨਹੀਂ ਕੀਤੀ
ਕੀਤੀ ਜਾਂਦੀ ਹੈ ਕਿ ਜਦੋਂ ਸ਼ਰਤਾਂ ਕੋਈ ਕੰਪਨੀ ਪੂਰੀਆਂ ਨਹੀਂ ਕਰ ਰਹੀ ਔਰ ਦੂਸਰਾ ਜਦੋਂ ਕਿਸੇ ਦਾ ਸਮਾਂ ਪੂਰਾ ਹੋ ਚੁੱਕਾ ਜੀ, ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਇਹ ਕੰਪਨੀਆਂ ਦਾ ਜਿਹੜਾ ਕਹਿਣਾ ਪਾ ਕੇ ਅੱਗੇ ਵਡੋਤਰੀ ਦੀ ਡਿਮਾਂਡ ਸੀ ਉਸ ਨੂੰ ਵੀ ਰੱਦ ਕੀਤਾ ਗਿਆ ਔਰ ਇਹ ਸੜਕਾਂ ਦੀ ਹੁਣ ਜ਼ਿੰਮੇਵਾਰੀ PWD ਡਿਪਾਰਟਮੈਂਟ ਦੀ ਹੋਏਗੀ। ਚਾਹੇ ਸੜਕਾਂ ਦੀ ਰਿਪੇਅਰ ਦਾ ਕੰਮ ਹੋਵੇ, ਸੜਕਾਂ ਦੇ ਉੱਪਰ ਚਾਹੇ ਚੌੜਾ ਕਰਨ ਦਾ ਕੰਮ ਹੋਵੇ, ਚਾਹੇ ਸੜਕਾਂ ਦੇ ਕਿਸੇ ਵੀ ਤਰੀਕੇ ਦਾ ਕੰਮ ਹੋਵੇ, ਉਹ PWD ਡਿਪਾਰਟਮੈਂਟ ਆ ਜਿਹੜਾ ਉਸ ਨੂੰ ਹੀ ਕਰਨਾ ਹੋਏਗਾ ਔਰ ਉਹ ਡਿਪਾਰਟਮੈਂਟ ਦੇ ਅੰਡਰ ਹੀ ਹੋਣੇ ਸੜਕਾਂ ਜਿਹੜੀਆਂ ਕੰਮ ਕਰਨਗੀਆਂ, ਕਿਸੇ ਪ੍ਰਾਈਵੇਟ ਕੰਪਨੀ ਦੇ ਅੰਡਰ ਹੀ ਕੰਮ ਆ ਜਿਹੜਾ ਉਹ ਨਹੀਂ ਹੋਏਗਾ ਜੀ। ਸ਼ੁਕਰੀਆ ਰੋਹਿਤ, ਜ਼ਿਆਦਾ ਜਾਣਕਾਰੀ ਦੀ ਸਾਡੇ ਪੁੱਛਣ ਵਾਸਤੇ।